ਉਹ ਜਿਨ੍ਹਾਂ ਨੂੰ ਚਾਸ ਇਨਕਲਾਬ ਵਾਲਾ ਵੇਖੋ ਇਨਕਲਾਬ ਆ ਗਿਆ ਜਿਨ੍ਹਾਂ ਨੂੰ ਚਾਸ ਇਨਕਲਾਬ ਵਾਲਾ ਇਨਕਲਾਬ ਤੇ ਨਹੀਂ ਆਇਆ ਪਰ ਉਨਕਾ ਲਾਭ ਆ ਗਿਆ ਪੱਗ ਬਨ ਕੇ ਭਗਤ ਸਿੰਘ ਵਾਲੀ ਅੱਜ ਫਿਰ ਕੋਈ ਦਾਗ ਪੱਗ ਨੂੰ ਲਾ ਗਿਆ ਪੰਜ ਬੰਦੇ ਨਹੀਂ ਜੁੜੇ ਪੰਜਾਬੋਂ ਜੋ ਗੱਲ ਪੰਜਾਬ ਦੀ ਕਰ ਲੈਂਦੇ ਉਹ ਜਦੋਂ ਅਸੀਂ ਸੀ ਇਹਨਾਂ ਦੇ ਸਾਥੀ ਕਿੰਜ ਪੰਜਾਬ ਇਹਨਾਂ ਦੇ ਪੈਰਾਂ ਵਿੱਚ ਜਰ ਲੈਂਦੇ ਅਸੀਂ ਡਟ ਕੇ ਬੋਲੇ ਉਦੋਂ ਡਟ ਕੇ ਬੋਲੇ ਉਦੋਂ ਵੀ ਕਈ ਗਾਲਾਂ ਕੱਢਣ ਵਾਲੇ ਸੀ ਉਹ ਭੁਗਤੋ ਪੰਜਾਬੀ ਉਹ ਇਹੋ ਜਿਹੇ ਹੀ ਪਾਪੀ ਤੁਸੀਂ ਸ਼ਾਬਾਸ਼ ਦੇ ਕੇ ਪਾਲੇ ਸੀ ਸਾਥੀਓ ਮੈਂ ਤੁਹਾਡਾ ਆਪਣਾ ਜੱਸੀ ਜਸਰਾਜ ਅੱਜ ਫਿਰ ਲਾਈਵ ਹੋ ਰਿਹਾ ਤੇ ਮੁਬਾਰਕਬਾਦ ਦਿੰਦਾ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਤੁਹਾਡਾ ਕਈ ਸਾਲਾਂ ਦਾ ਸੁਪਨਾ ਸੀ ਮੈਂ ਮੁੱਖ ਮੰਤਰੀ ਜ਼ਰੂਰ ਬਣਨਾ ਚਾਹੇ ਕੁਛ ਹੋ ਜਾਵੇ ਮੈਂ ਮੁੱਖ ਮੰਤਰੀ ਹੀ ਬਣਨਾ ਬਸ ਚਾਹੇ ਉਹਦੀ ਕੀਮਤ ਜਿੱਡੀ ਮਰਜ਼ੀ ਵੱਡੀ ਚੁਕਾਉਣੀ ਪੈ ਜੇ ਤੁਹਾਡੇ ਨਾਲ ਦੇ ਸਾਥੀ ਤੁਸੀਂ ਪਤਾ ਨਹੀਂ ਕਿਸ ਕਿਸ ਤਰੀਕੇ ਨਾਲ ਲਾਂਭੇ ਕੀਤੇ ਜਾਣਦੇ ਹਾਂ ਪਰ ਫਿਰ ਵੀ ਇਸ ਗੱਲ ਦੀ ਖੁਸ਼ੀ ਹੈ ਸਾਥੀਓ ਕਈ ਚੀਜ਼ਾਂ ਨੇ ਹੁਣ ਸੁਣੀ ਜਾਇਓ ਧਿਆਨ ਨਾਲ ਫਿਰ ਗੱਲ ਕਰਿਓ ਕੰਨ ਖੁੱਲ੍ਹੇ ਰੱਖਿਓ ਅਤੇ ਇੱਥੋਂ ਮਸਤਿਸ਼ ਤੋਂ ਆਹ ਦਿਮਾਗ ਦਿੱਤਾ ਹੋਇਆ ਇੱਥੇ ਇਹਦੇ ਤੋਂ ਵਿਚਾਰਿਓ ਇੱਕ ਬੰਦੇ ਨੇ ਇੱਕ ਸੁਪਨਾ ਦੇਖਿਆ ਆਪਣਾ ਸੁਪਨਾ ਪੂਰਾ ਕਰਨ ਲਈ ਉਹਨੇ ਵਾਹ ਲਾ ਦਿੱਤੀ ਪੂਰੀ ਪੋਜ਼ਿਟਿਵਿਟੀ ਫਰੋਮ ਭਗਵੰਤ ਮਾਨ ਉਹਨੇ ਚਾਹੇ ਸਾਂਪ ਦਾਮ ਦੰਡ ਭੇਦ ਜੋ ਵੀ ਸਿਆਸਤ ਦੇ ਗੁਰ ਉਹਨੇ ਮਨਪ੍ਰੀਤ ਬਾਦਲ ਤੇ ਬਾਦਲ ਪਰਿਵਾਰ ਜਾਂ ਹੋਰਾਂ ਤੋਂ ਸਿੱਖੇ ਉਹਨੇ ਵਰਤ ਕੇ ਆਪਣਾ ਸੁਪਨਾ ਪੂਰਾ ਕੀਤਾ ਕਿ ਮੈਂ ਮੁੱਖ ਮੰਤਰੀ ਬਣਾ ਅੱਜ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕ ਮੇਰੇ ਪੁਰਾਣੇ ਸਾਥੀ ਨੇ ਕਲਾਕਾਰ ਸਾਥੀ ਵੀ ਹੈ ਉਹ ਸਦਾ ਹੀ ਰਹਿਣਗੇ ਵੀ ਕਲਾਕਾਰ ਸਾਥੀ ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਤੇ ਜਿਨ੍ਹਾਂ ਨੇ ਮੰਤਰੀ ਦਾ ਜਿਨ੍ਹਾਂ ਨੂੰ ਮਾਣ ਮਿਲਿਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਤੇ ਜਿਨ੍ਹਾਂ ਜੋ ਵੀ MLA ਬਣੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਪਰ ਤੁਹਾਨੂੰ ਸਾਰਿਆਂ ਨੂੰ ਇੰਕਲੂਡਿੰਗ ਚੀਫ ਮਿਨਿਸਟਰ ਇੰਕਲੂਡਿੰਗ ਦ ਮਿਨਿਸਟਰਸ ਐਂਡ ਇੰਕਲੂਡਿੰਗ ਦ MLAs ਘੱਟੋ ਘੱਟ ਤੁਹਾਨੂੰ ਇਹਨਾਂ ਦੱਸ ਦਿੰਦੇ ਹਾਂ ਤੁਸੀਂ ਸਭ ਕੁਛ ਵਿਸਾਰ ਸਕਦੇ ਹੋ ਆਪਣੇ ਸੀਨੀਅਰ ਕਦੀ ਤੁਹਾਡੇ ਸੀਨੀਅਰ ਸੀਗੇ ਤੇ ਸਦਾ ਹੀ ਰਵਾਂਗੇ ਇਤਿਹਾਸ ਚ ਦਰਜ ਰਹਿਣਾ ਉਹ ਕਿ ਬਾਈ ਜੀ ਇਹ ਜਿਹੜੀਆਂ ਪਦਵੀਆਂ ਤੁਹਾਨੂੰ ਮਿਲੀਆਂ ਨੇ ਕੁਰਬਾਨੀਆਂ ਕਿਸੇ ਹੋਰ ਨੇ ਕੀਤੀਆਂ ਸੀ ਤੇ 90% ਬੰਦੇ ਉਹ ਨੇ ਜਿਨ੍ਹਾਂ ਨੂੰ ਮਲਾਈ ਚੁੰਗਲੀ ਮਾਰਨ ਨੂੰ ਮਿਲੀ ਹੈ ਤੇ ਕਈਆਂ ਨੂੰ ਸਾਡੇ ਪੁਰਾਣੇ ਵਲੰਟੀਅਰ ਸਾਥੀ ਕਈ ਸਾਥੀ ਜਿਹੜੇ ਸਾਡੇ ਤੋਂ ਵੀ ਬਹੁਤ ਪੁਰਾਣੇ ਸੀ ਜਿਹੜੇ ਟੁੱਟ ਟੁਹੰਬ ਹਾਰ ਕੇ ਬਹਿ ਗਏ ਬਾਈ ਜੀ ਕੋਈ ਗੱਲ ਨਹੀਂ ਫਿਰ ਵੀ ਲੋਕਾਂ ਨੇ ਅੰਨਿਆਂ ਚੋਂ ਕਾਣਾ ਰਾਜਾ ਚੁਣਿਆ ਤੇ ਮੁਬਾਰਕਬਾਦ ਹੈ ਭਗਵੰਤ ਬਹੁਤ ਗੌਰ ਨਾਲ ਦੇਖ ਰਿਹਾ ਸੀ ਫਿਰ ਮੈਂ ਤੇਰੀ ਹਰ ਇੱਕ ਸਪੀਚ ਨੂੰ ਬਹੁਤ ਵਧੀਆ ਬੋਲਦਾ ਬਹੁਤ ਵਧੀਆ ਤੂੰ ਮੈਂ ਮੇਰੇ ਤੋਂ ਉਹ ਨਾ ਉਮੀਦ ਕਰੀ ਵੀ ਮੈਂ ਤੈਨੂੰ ਹਰ ਗੱਲ 'ਚ ਯਾਰ ਉੱਦਾਂ ਕਹੂੰਗਾ ਭਗਵੰਤ ਮਾਨ ਸਾਹਿਬ ਫਲਾਣਾ ਉਹ ਪਤਾ ਕੀ ਆ ਉਹ ਜਿਹੜੇ ਪੁਰਾਣੇ ਜਿਹੜੇ ਰਿਸ਼ਤੇ ਹੁੰਦੇ ਆ ਉੱਦਾਂ ਮੇਰੇ ਭਗਵੰਤ ਕਹਿਣ ਨਾਲ ਵੀ ਇੱਜ਼ਤ ਉਨੀ ਹੋਈ ਰਹੂਗੀ ਸੋ ਉਸ ਨੂੰ ਇਹ ਨਹੀਂ ਸੋਚਣਾ ਜਾਂ ਬਾਲਾ ਉਹ ਮੇਰੇ ਤੋਂ ਐਕਸਪੈਕਟ ਨਹੀਂ ਕਰਨੀ ਕਿ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਸਾਹਿਬ ਸੋ ਇਹ ਉਹ ਬਨਾਵਟੀ ਜਿਹਾ ਲੱਗੂਗਾ ਮੇਰੇ ਮੂੰਹ ਤੋਂ ਤੇ ਤੈਨੂੰ ਵੀ ਉਹਦੀ ਆਦਤ ਹੈ ਨਹੀਂ ਮੇਰੇ ਮੂੰਹ ਤੋਂ ਸੁਣਨ ਦੀ ਸੋ ਸਾਥੀਓ ਬੜਾ ਗੌਰ ਨਾਲ ਦੇਖ ਰਹੇ ਸੀ ਬੋਲਣ ਨੂੰ ਚਿੱਤ ਨਹੀਂ ਸੀ ਕਰਦਾ ਮੈਂ ਕਿਹਾ ਯਾਰ ਮੁੰਡੇ ਨੂੰ ਕੰਮ ਕਰਨ ਦਿਓ ਬੜਾ ਔਖਾ ਉਹਦਾ ਸੁਪਨਾ ਪੂਰਾ ਹੋਇਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇੱਕ ਹੁੰਦਾ ਜਦੋਂ ਤੁਸੀਂ ਬਣਨਾ ਹੁੰਦਾ ਉਦੋਂ ਤੁਸੀਂ ਬਹੁਤ ਕੁਛ ਕਰਦੇ ਹੋ ਰਾਈਟ ਹਰ ਕੋਈ ਕਰਦਾ ਹੋਣਾ ਯਾਰ ਕਰਦੀ ਵੀ ਹੈ ਦੁਨੀਆ ਮੈਂ ਕਹਿੰਦਾ ਵੀ ਚਲੋ ਉਹ ਚੀਜ਼ਾਂ ਨੂੰ ਛੱਡ ਵੀ ਦਈਏ ਪਰ ਬਣਨ ਤੋਂ ਬਾਅਦ ਤਾਂ ਯਾਰ ਜ਼ੁਰਤ ਤੇ ਗੈਰਤ ਆਉਣੀ ਚਾਹੀਦੀ ਸੀ ਅਹੁਦਾ ਜਦੋਂ ਨਹੀਂ ਮਿਲਿਆ ਕਈ ਬੰਦੇ ਲੇਲੜੀਆਂ ਕੱਢਦੇ ਆ ਮਿੰਨਤਾਂ ਕਰਦੇ ਪੈਰਾਂ 'ਚ ਡਿੱਗਦੇ ਤਲੂਏ ਚੱਟਦੇ ਹੈ ਪਰ ਜਦੋਂ ਉਹ ਅਹੁਦਾ ਮਿਲ ਜਾਂਦਾ ਮੁੱਖ ਮੰਤਰੀ ਹੈ ਯਾਰ ਭਗਵੰਤ ਬਾਈ ਮੁੱਖ ਮੰਤਰੀ ਦਾ ਅਹੁਦਾ ਮਿਲ ਗਿਆ
ਅਹੁਦਾ ਮਿਲਣ ਤੋਂ ਬਾਅਦ ਵੀ ਜਦੋਂ ਅੱਜ ਤੇਰੀ ਹਾਜ਼ਰੀ ਚ ਤੂੰ ਖੁਦ ਜਾ ਕੇ ਪੰਜ ਰਾਜ ਸਭਾ ਮੈਂਬਰ ਉਹਨਾਂ ਦੇ ਕਾਗਜ਼ ਭਰਾ ਕੇ ਆਇਆ ਬਾਈ ਲੀਰੋ ਲੀਰ ਹੋ ਗਏ ਅੰਦਰੋਂ ਅਸੀਂ ਐ ਕਾਟੇ ਵੱਜੇ ਅੰਦਰ ਤੂੰ ਨਾਲ ਸੀ ਯਾਰ ਕੀ ਗੱਲ ਪੰਜਾਬ ਪੰਜ ਬੰਦੇ ਪੈਦਾ ਨਹੀਂ ਕਰ ਸਕਿਆ ਜਿਨ੍ਹਾਂ ਨੇ 92 ਸੀਟਾਂ ਦਿੱਤੀਆਂ ਤੁਹਾਨੂੰ ਇਹ ਭਗਤ ਸਿੰਘ ਜੀ ਦੀ ਪੱਗ ਇਹ ਸਿਰਫ ਇਸ ਦਿਨ ਲਈ ਬੰਨੀ ਸੀ ਪਿੱਛੇ ਤੇਰੀ ਕੁਰਸੀ ਤੇ ਫੋਟੋ ਲਾ ਦਿਓ ਜੀ ਸ਼ਹੀਦ ਭਗਤ ਸਿੰਘ ਜੀ ਦੀ ਤੇ ਡਾਕਟਰ ਬੀ ਆਰ ਅੰਬੇਦਕਰ ਦੀ ਕਿਉਂ ਰਾਜਗੁਰੂ ਤੇ ਸੁਖਦੇਵ ਦੀ ਕੁਰਬਾਨੀ ਘੱਟ ਹੈ ਜੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲੱਗੂਗੀ ਤੇ ਰਾਜਗੁਰੂ ਜੀ ਤੇ ਸੁਖਦੇਵ ਦੀ ਕਿਉਂ ਨਹੀਂ ਲੱਗੂਗੀ ਬਈ ਇਹਨਾਂ ਨੂੰ ਅਲੱਗ ਅਲੱਗ ਕਿਉਂ ਕਰਤਾ ਕਿਉਂਕਿ ਸਿਰਫ ਪੱਗ ਵਰਤਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੱਗ 60% ਪੱਗਾਂ ਵਾਲੇ ਨੇ ਇਸ ਕੌਮ ਦੀ ਪੱਗ ਵਰਤਣ ਲਈ ਇਕੱਲੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਕਿਉਂ ਰਾਜਗੁਰੂ ਤੇ ਸੁਖਦੇਵ ਦੀ ਕਿਉਂ ਨਹੀਂ ਲਵਾਈ ਵੀਰੇ ਇਹਨਾਂ ਨੇ ਬਰਾਬਰ ਦੀ ਸ਼ਹੀਦੀ ਨਹੀਂ ਦਿੱਤੀ ਹਰ ਬੀ ਆਰ ਅੰਬੇਦਕਰ ਦੇ ਕਿੰਨੇ ਅਨੁਆਈ ਕਿੰਨੇ ਤੁਸੀਂ ਦਿੱਤੇ ਨੇ ਮੈਨੂੰ ਦੱਸੋ ਤਾਂ ਰਾਜ ਸਭਾ ਲਈ ਜਿਹੜੇ ਪੁਰਾਣੇ ਤਿੰਨ ਦਿੱਤੇ ਸੀ ਇੱਕ ਪੁਰਾਣਾ ਇੰਚਾਰਜ ਸੰਜੇ ਸਿੰਘ ਉਹਨੂੰ ਇਨਾਮ ਦਿੱਤਾ ਸੀ ਪਿਛਲੀ ਵਾਰੀ 2017 ਚ ਪੰਜਾਬ ਦੀ ਪਿੱਠ ਛੁਰਾ ਮਾਰਨ ਦਾ ਕਿ ਉਹਨੂੰ ਰਾਜ ਸਭਾ ਭੇਜਿਆ ਤੇ ਦੋ ਉਦਯੋਗਪਤੀ ਮਲਟੀ ਮਿਲੀਨੀਅਰ ਪਤਾ ਨਹੀਂ ਬਿਲੀਨੀਅਰ ਹੀ ਹੋਣ ਕਰੋੜਾਂਪਤੀ ਉਦੋਂ ਵੀ ਦੋ ਕੁਮਾਰ ਵਿਸ਼ਵਾਸ ਨੂੰ ਛੱਡ ਕੇ ਚੰਗਾ ਬੁਲਾਰਾ ਚੰਗਾ ਇਨਸਾਨ ਉਹ ਬਿਜ਼ਨਸਮੈਨ ਸੰਘਰਸ਼ ਵੇਲੇ ਨਾਲ ਨਹੀਂ ਸੀ ਉਦੋਂ ਜਦੋਂ ਅੰਨਾ ਅੰਦੋਲਨ ਚੱਲਿਆ ਸੀ ਉਦੋਂ ਵੀ ਦੋ ਬਿਜ਼ਨਸਮੈਨ ਇਸ ਵਾਰ ਵੀ ਤੁਸੀਂ ਨਾਮ ਦੇਖ ਲਓ ਜੀ ਸੰਜੀਵ ਅਰੋੜਾ ਉਦਯੋਗਪਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਅਸ਼ੋਕ ਮਿੱਤਲ ਸੰਸਥਾਪਕ ਬਹੁਤ ਸ਼ਾਇਦ ਗਰੀਬ ਜੇ ਲੋਕ ਹੋਣਗੇ ਇਹ ਠੀਕ ਹੈ ਨਾ ਉਦਯੋਗਪਤੀ ਵੀ ਗਰੀਬ ਹੀ ਹੁੰਦੇ ਹੋਣੇ ਮੈਨੂੰ ਲੱਗਦਾ ਵਿਚਾਰੇ ਇਹਨਾਂ ਨੂੰ ਤਨਖਾਹ ਦੀ ਵੀ ਲੋੜ ਸੀ ਬਹੁਤ ਔਖਾ ਚੁੱਲਾ ਚੌਂਕਾ ਚੱਲਦਾ ਸੀ ਬਹੁਤ ਇਨਕਲਾਬੀ ਲੋਕ ਰਹੇ ਨੇ ਇਹ ਸੋ ਫਿਰ ਉੱਤੋਂ ਰਾਘਵ ਚੱਡਾ ਜਿਹੜੇ MLA ਵੀ ਹੈ ਦਿੱਲੀ ਦੇ ਉੱਥੇ MLA ਦੀ ਤਨਖਾਹ ਵੀ ਲੈ ਰਹੇ ਹੈ ਜਦੋਂ ਵੋਟਾਂ ਪਈਆਂ MLA ਦੀਆਂ ਉਦੋਂ MLA ਬਣਨ ਤੋਂ ਬਾਅਦ ਸਰਕਾਰੀ ਖਰਚਾ ਵੀ ਹੁੰਦਾ ਉਹਨਾਂ ਨੂੰ ਤਨਖਾਹਾਂ ਵੀ ਮਿਲੀਆਂ MLA ਤੋਂ ਬਾਅਦ ਹੁਣ ਉਹਨਾਂ ਨੂੰ ਤੁਸੀਂ ਰਾਜ ਸਭਾ ਭੇਜੋਗੇ ਫਿਰ MLA ਦੀ ਸੀਟ ਖਾਲੀ ਹੋਊਗੀ ਦੁਬਾਰਾ ਉੱਥੇ ਵੋਟਾਂ ਕਰਾਇਓ ਗਰੀਬਾਂ ਦਾ ਪੈਸਾ ਟੈਕਸ ਰਾਘਵ ਚੱਡੇ ਨੇ ਜਾਂ ਕੇਜਰੀਵਾਲ ਨੇ ਪੱਲਿਓਂ ਦੇਣਾ ਜਿਹੜਾ ਵੋਟਾਂ ਤੇ ਖਰਚਾ ਹੋਣਾ ਜਿਹੜਾ ਹੁਣ ਸੰਗਰੂਰ ਦੀ ਸੀਟ ਭਗਵੰਤ ਨੇ ਛੱਡੀ ਹੈ ਇੱਥੇ ਖਰਚਾ ਭਗਵੰਤ ਮਾਨ ਨੇ ਦੇਣਾ ਸਾਨੂੰ ਦੇਸ਼ ਦੀ ਫਿਕਰ ਹੈ ਸਾਨੂੰ ਪੰਜਾਬ ਦੀ ਫਿਕਰ ਹੈ ਗਰੀਬ ਭੁੱਖੇ ਮਰ ਰਹੇ ਰੋਟੀ ਤੋਂ ਯਾਰ ਫਿਰ ਨਾਟਕ ਤਾਂ ਨਾ ਕਰੋ ਸਾਫ਼ ਕਹੋ ਅਸੀਂ ਸਿਆਸਤ 'ਚ ਹਾਂ ਤਾਂ ਫਿਰ ਇਹਨੂੰ ਕਿਉਂ ਵਰਤਿਆ ਜਾਂਦਾ ਬਈ ਕਿਉਂ ਸ਼ਹੀਦ ਵਰਤੇ ਜਾ ਰਹੇ ਨੇ ਫਿਰ ਸਾਫ਼ ਵਾਈ ਨੋਟ ਯੂ ਸੇ ਡਾਇਰੈਕਟਲੀ ਦੈਟ ਵੀ ਆਰ ਡੂਇੰਗ ਬਲੜੀ ਮੱਚ ਮੋਰ ਯੂ ਨੋ ਡਰੇਨਡ ਆਊਟ ਪੋਲੀਟਿਕਸ ਵਾਈ ਯੂ ਯੂਜ਼ਿੰਗ ਦੀਸ ਪੀਪਲ ਉਹ ਤੋਂ ਬਾਅਦ ਇੱਕ IIT ਦਾ ਕਹਿੰਦੇ ਜੀ ਉਹਦਾ ਕੇਜਰੀਵਾਲ ਦਾ ਪੁਰਾਣਾ ਕੋਈ ਰਿਸ਼ਤੇਦਾਰ ਤੇ ਕੋਈ ਸਾਥੀ ਰਿਹਾ ਸੰਦੀਪ ਪਾਠਕ ਕੀ ਗੱਲ ਸਾਡੇ ਇੱਥੇ ਕੋਈ ਪ੍ਰੋਫੈਸਰ ਹੈ ਨਹੀਂ ਕਿੱਥੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀਆਂ 'ਚ ਕੋਈ ਪ੍ਰੋਫੈਸਰ ਹੈ ਨਹੀਂ ਕਿ ਸਾਨੂੰ ਉੱਥੋਂ ਐਕਸਪੋਰਟ ਕਰਨੇ ਪੈਣਗੇ ਸਾਨੂੰ ਕਹੋ ਤੁਸੀਂ ਮੈਂ ਤਾਂ ਕਹਿਣਾ ਮੈਂ ਡੱਟ ਕੇ ਕਹਿਣਾ ਮੈਂ BJP 'ਚ ਹਾਂ ਬਾਈ ਹੋ ਤਾਲ ਮਿਲੇ ਨਦੀ ਕੇ ਜਲ ਮੇ ਨਦੀ ਮਿਲੇ ਸਾਗਰ ਮੇ ਸਾਗਰ ਮਿਲੇ ਕੌਣ ਸੇ ਜਲ ਮੇ ਕੋਈ ਜਾਣੇ ਨਾ ਓਰੇ ਤਾਲ ਮਿਲੇ ਨਦੀ ਕੇ ਜਲ ਮੇ ਤਲਾਬ ਮਿਲਦਾ ਨਦੀ ਚ ਤੇ ਨਦੀ ਮਿਲਦੀ ਹੈ ਸਾਗਰ ਚ ਇਹ ਤੇ ਤੂੰ ਸਿੱਖ ਲਿਆ ਭਾਈ ਕੇਜਰੀਵਾਲ ਤੇ ਭਗਵੰਤ ਮਾਨ ਜਿੱਥੇ ਇਹ ਜਾ ਕੇ ਤੁਹਾਡਾ ਤਲਾਬ ਛੋਟਾ ਜਿਹਾ ਤਲਾਬ ਫਿਰ ਨਦੀ ਬਣੇਗਾ ਨਦੀ ਜਾ ਕੇ ਸਾਗਰ ਚ ਮਿਲੇਗਾ ਜਿਹੜੇ ਸਾਗਰ ਚ ਤੁਸੀਂ ਜਾਣਾ ਅਸੀਂ ਉੱਥੇ ਬੈਠੇ ਹਾਂ ਪਰ ਗੁੰਮਰਾਹ ਤਾਂ ਨਹੀਂ ਕਰ ਰਹੇ ਕਿਸੇ ਨੂੰ ਅਸੀਂ ਉਦੋਂ ਵੀ ਸੱਚ ਬੋਲਦੇ ਸੀ ਅੱਜ ਵੀ ਸੱਚ ਹੀ ਬੋਲਦੇ ਹਾਂ ਜੇ ਗਏ ਹਾਂ ਤਾਂ ਸਾਹਮਣੋ ਸਾਹਮਣੀ ਗਏ ਹਾਂ ਲੋਕਾਂ ਨੂੰ ਭੁਲੇਖਾ ਨਾ ਰਹਿ ਜੇ ਯਾਦ ਰੱਖਿਓ ਜ਼ਿੰਦਗੀ ਚੋ ਪੰਜਾਬੀ ਹੋ ਧੋਖਾ ਉਹ ਹੁੰਦਾ ਜਿਹੜਾ ਗੱਲ ਆ ਕੇ ਪਿੱਠ ਚ ਛੁਰਾ ਮਾਰਿਆ ਜਾਵੇ ਜਿਹੜਾ ਬਣੇ ਸਾਧੂ ਬੰਨੇ ਭਗਤ ਸਿੰਘ ਦੀ ਪੱਗ ਤੇ ਭਗਤ ਸਿੰਘ ਦੀ ਪੱਗ ਨੂੰ ਵਰਤ ਕੇ ਜੋ ਉਹ ਕਰ ਰਿਹਾ ਉਹਦੀਆਂ ਅੱਖਾਂ ਸਾਹਮਣੇ
अज आप जाके उन्होंने दाखिल करा के आया कागज यह तुहाडा चीफ मिनिस्टर साडा चीफ मिनिस्टर साडी भी तो वोट है बई पंजाब च आप जाके आए ने जनाब क्यों साढ़े 60% सिखी सूबे चो तैनू कोई गुरसिख बंदा नहीं लभ्या है। ते क्रिकेटर हरभजन सिंह जी ठीक है तुसी क्रिकेट बड़ी सोहनी खेडी बड़िया सोहनिया तुसी बॉलां कीतियां बहुत जी तुसी सही रिप्रेजेंट कीता पर मैं पूछना चाहना कि यार हॉकी दे विचों कोई भी नहीं है, है? नैशनल गेम हॉकी क्रिकेटर्स हुए बीन पेड मल्टी मिलियन रुपीज एक छक्के दा करोड़ करोड़ रुपया मिलता जिन्हां नूं चार बंदे आउट करन पिछे लख लख रुपए डेढ़ डेढ़ लख रुपए इनाम कोठियां सहारा आले ने एक बारी फ्लैट दिते सी इन्हां नूं पता नहीं किन्ने पैसे कमाले होने हरभजन सिंह जी खुद ही मना कर दिंदे यार कोई होर कोई बंदा दे दिओ किन्नी क वार हरभजन सिंह ने मैनूं ऐ दसो किसे दे विरुद्ध जालमां दे विरुद्ध कदी भी कदी किते आवाज चक्की होवे हरभजन सिंह दी इक दिखा दो मैनूं किते है ਉਹ ਕੋਈ ਗਰੀਬ ਵਿਚਾਰਾ ਇਹ ਕਰੋੜਾਪਤੀ ਲੋਕ ਨੇ ਕਿਸੇ ਗਰੀਬ ਨੂੰ ਰੋਟੀ ਲੱਗ ਜਾਂਦੀ ਕਿਸੇ ਗਰੀਬ ਨੂੰ ਤਨਖਾਹ ਚੱਲ ਜਾਂਦੀ ਜਿਹੜਾ ਟੈਲੈਂਟਡ ਵੀ ਹੁੰਦਾ ਜਿਹੜਾ ਪੰਜਾਬ ਦੀ ਸਾਡੀ ਕੌਮ ਦੀ ਆਵਾਜ਼ ਤਾਂ ਚੱਕਦਾ ਉੱਥੇ ਜਾ ਕੇ ਪੰਜਾਬੀਆਂ ਦੀ ਆਵਾਜ਼ ਤਾਂ ਚੱਕਦਾ ਉੱਥੇ ਜਾ ਕੇ ਰਾਜ ਸਭਾ 'ਚ ਕਾਹਨੂੰ ਆਪਣੇ ਆਪ ਨੂੰ ਧੋਖੇ ਦਿੰਦੇ ਹੋ ਪੰਜਾਬੀ ਹੋ 92% ਯਾਰ 92 ਸੀਟਾਂ ਦਿੱਤੀਆਂ ਪੰਜਾਬੀਆਂ ਨੇ ਮੈਂ ਕਹਿੰਦਾ ਠੀਕ ਹੈ ਪੰਜਾਬ ਬਦਲਾਅ ਭਾਲਦਾ ਸੀ ਇਹ ਬਦਲਾ ਇਸ ਕਰਕੇ ਨਹੀਂ ਆਇਆ ਕਿ ਤੁਹਾਡੀ ਬੜੀ ਉਹ ਸੀ ਕਰਤੂਤ ਸੀ ਵੀ ਤੁਸੀਂ ਤੁਹਾਡੇ ਵਿੱਚ ਉਹ ਲੋਕਾਂ ਕੋਲ ਚਾਰਾ ਨਹੀਂ ਸੀ ਬਚਿਆ ਕੋਈ ਪੀਪਲ ਡਿਡਨਟ ਹੈਡ ਅ ਚੋਇਸ ਉਹ ਵੀ ਇੱਕ ਕਾਰਨ ਹੈ ਕਿ ਲੋਕੀ ਕਹਿੰਦੇ ਇੱਕ ਵਾਰੀ ਇਹਨਾਂ ਨੂੰ ਵੀ ਦੇਖ ਲਓ ਅਕਾਲੀਆਂ ਤੋਂ ਹੰਬੇ ਸੀ ਲੋਕ ਕਾਂਗਰਸ ਤੋਂ ਹੰਬੇ ਸੀ ਲੋਕ ਤੁਹਾਡੇ ਵੱਲ ਆ ਗਏ ਯਾਰ ਭਗਵੰਤ ਅੱਜ ਤੇਰੀ ਪਹਿਲਾ ਦਿਨ ਸੈਸ਼ਨ ਦਾ ਸੀ ਵਿਧਾਨ ਸਭਾ ਦਾ ਤੇ ਅੱਜ ਹੀ ਗੁਲ ਖਿਲਾਤਾ ਇਹ ਤੋਹਫਾ ਦਿੱਤਾ ਸੋ ਸਾਥੀਓ ਇਹਨਾਂ ਚੋਂ ਕੋਈ ਬੰਦਾ ਦੱਸ ਦੋ ਸੰਜੀਵ ਅਰੋੜਾ ਉਦਯੋਗਪਤੀ ਇੰਡਸਟਰੀਅਲਿਸਟ ਇਹਨੂੰ ਤਨਖਾਹ ਦੀ ਬਹੁਤ ਲੋੜ ਸੀ ਰਾਜ ਸਭਾ ਦੀ ਤੇ ਕਿੰਨੇ ਕੁ ਇੰਡਸਟਰੀਅਲਿਸਟ ਨੇ ਆਵਾਜ਼ ਚੱਕੀ ਹੈ ਪੰਜਾਬ ਦੀ ਮੈਨੂੰ ਦੱਸ ਦਿਓ ਇੰਡਸਟਰੀਅਲਿਸਟ ਕਦੀ ਨਹੀਂ ਵਿਗਾੜਦਾ ਸਰਕਾਰੀ ਦਰਬਾਰੇ ਕਿਸੇ ਨਾਲ ਨਹੀਂ ਵਿਗਾੜਦਾ ਯਾਦ ਰੱਖਿਓ ਇਹ ਸੱਚ ਹੈ ਉਰੇ ਜੋ ਮਰਜ਼ੀ ਜਿਹੜੇ ਕੋਈ ਪੇਡ ਕਮੈਂਟ ਕਰਨ ਵਾਲੇ ਜੋ ਮਰਜ਼ੀ ਕਰੀ ਜਾਓ ਆਈ ਡੈਮ ਕੇਅਰ ਮੈਨੂੰ ਰੱਤਾ ਫਰਕ ਨਹੀਂ ਪੈਂਦਾ ਮੈਨੂੰ ਰੱਤਾ ਫਰਕ ਨਹੀਂ ਪੈਂਦਾ ਬਾਈ ਜੀ ਆ ਚੜ੍ਹਦੀ ਕਲਾ ਦੇਖਦੇ ਹੋ ਗੱਲਾਂ ਤੇ ਨੂਰ ਦੇਖਦੇ ਹੋ ਨਾ MLA ਨਾ MP ਤੇ ਨਾ ਮੁੱਖ ਮੰਤਰੀ ਪਰ ਫਿਰ ਵੀ ਚੜ੍ਹਦੀ ਕਲਾ ਹੈ ਇੱਥੇ ਬਿਕੋਜ਼ ਜੋ ਹੈ ਉਹ ਸੱਚ ਦੇ ਉਹਦੇ ਚ ਚਾਨਣ ਚ BJP ਚ ਤਨੋ ਮਨੋ ਤਨੋ ਹੁਣ BJP ਚ ਬਾਈ ਜੀ ਪਤਾ ਹੀ ਹੈ ਵੀ ਬਾਕੀ ਜਿਹੜੇ ਹੋਰ ਹੈਗੇ ਆ ਕਾਂਗਰਸ ਕਿਤੇ ਹੈ ਨਹੀਂ ਸਾਡੇ ਸਿੱਖਾਂ ਨਾਲ ਧਰੋਹ ਕਰਨ ਵਾਲੀ ਉਹਨਾਂ ਬਾਰੇ ਤਾਂ ਸੋਚਣ ਦਾ ਵੀ ਖਿਆਲ ਨਹੀਂ ਤੇ ਅੱਜ ਇਹਨਾਂ ਨੂੰ ਪਾਲਿਆ ਨਾ ਤੁਸੀਂ ਪਤਾ ਲੱਗੇਗਾ ਪਤਾ ਲੱਗੇਗਾ ਇਹਨਾਂ ਨੂੰ ਖਟਖੜ ਕਲਾਂ ਤੋਂ ਕਿਉਂ ਨਹੀਂ ਰਾਜ ਸਭਾ ਦੇ ਮੈਂਬਰ ਐਲਾਨ ਕੀਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਮੈਂ ਆਉਣਾ ਵੀਰੇ ਤੈਨੂੰ ਮੈਨੂੰ ਯਾਰ ਪਲੀਜ਼ ਇਜਾਜ਼ਤ ਦੇਈ ਮੈਂ ਫੁੱਲ ਲੈ ਕੇ ਆਊਂਗਾ ਮੈਂ ਤੇਰੇ ਲਈ ਮੈਂ ਵੀ ਜਿਵੇਂ ਬੂਕੇ ਲੈ ਕੇ ਆਉਂਦੇ ਆ ਨਾ ਮੈਂ ਆਪਣੇ ਦਸਾਂ ਨੌਵਾਂ ਦੀ ਕਿਰਤ ਚੋਂ ਬੂਕੇ ਦੇ ਕੇ ਜਾਊਂਗਾ ਤੈਨੂੰ ਯਾਰ ਐਸੀ ਕੋਈ ਗੱਲ ਨਹੀਂ ਮੈਨੂੰ ਇਹ ਹੈ ਵੀ ਹਾਲੇ ਥੋੜੇ BVIP ਲੋਕਾਂ ਨਾਲ ਤੁਸੀਂ ਮਿਲ ਰਹੇ ਹੋਵੋਗੇ ਭਗਵੰਤ ਮਾਨ ਸਾਹਿਬ ਸੋ ਮੈਨੂੰ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਸੋਚਦਾ ਮੇਰੀ ਵਾਰੀ ਬਾਅਦ ਚ ਆਊਗੀ ਮੈਂ ਆਊਂਗਾ ਵੀਰੇ ਤੈਨੂੰ ਵਧਾਈਆਂ ਦੇਣ ਜ਼ਰੂਰ ਆਊਂਗਾ ਪਰ ਐ ਨਹੀਂ ਯਾਰ ਭਗਤ ਸਿੰਘ ਦੀ ਪੱਗ ਬੰਨ ਕੇ ਤੈਨੂੰ ਇੰਨੇ ਸਾਲ ਜ਼ਿੰਦਗੀ ਚ ਪੰਜਾਬੀਆਂ ਨੇ ਮਣਾ ਮੂਹੀ ਕਮੇਡੀਅਨ ਦੇ ਤੌਰ ਤੇ ਪਿਆਰ ਦਿੱਤਾ ਬਹੁਤ ਪੈਸੇ ਦਿੱਤੇ ਤੈਨੂੰ ਲੋਕਾਂ ਨੇ ਨਹੀਂ ਦਿੱਤੇ ਤੈਨੂੰ MP ਬਣਾ ਕੇ ਲੋਕਾਂ ਨੇ ਸੰਗਰੂਰ ਨੇ ਦੂਜੀ ਵਾਰੀ ਮਾਣ ਬਖਸ਼ਿਆ ਤੈਨੂੰ ਯਾਰ ਸੰਗਰੂਰ ਚੋਂ ਵੀ ਇੱਕ ਬੰਦਾ ਨਹੀਂ ਲੱਭਿਆ ਉਹ ਸੰਗਰੂਰ ਵਾਲਿਓ ਮੈਨੂੰ ਦੱਸਦੇ ਦਿਓ ਤੁਹਾਡੇ ਚ ਕੋਈ ਉਧਰ ਜਿਹੜਾ ਮਾਲਵਾ ਏਰੀਆ ਉਸ ਬਠਿੰਡਾ ਸੰਗਰੂਰ ਬਹੁਤ ਇਨਕਲਾਬੀ ਲੋਕ ਨੇ ਉਧਰ ਵੀ ਤੁਹਾਡੇ ਚੋਂ ਵੀ ਇੱਕ ਬੰਦਾ ਨਹੀਂ ਲੱਭਿਆ ਤੇ ਇਹ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਪਾਰਟੀਆਂ ਬਣਾਈਆਂ ਹੁੰਦੀਆਂ ਨੇ ਇਹਨਾਂ ਚੋਂ ਵੀ ਇੱਕ ਬੰਦਾ ਨਹੀਂ ਲੱਭਿਆ ਕਿ ਜਿਹੜਾ ਡਟ ਕੇ ਗੱਲ ਕਰ ਸਕੇ ਪੰਜਾਬ ਦੀ ਸਿੱਖ ਕੌਮ ਦੀ ਸਾਡੇ ਦਰਦਾਂ ਦੀ
किसानां दी नौजवानां दी एक भी नहीं लभिया। सो ट्राई टू ग्रो अप। इत्थे फेसबुक ते गालां कढ के कुछ नहीं बनना, याद रखियो। जे सच नूं सच नहीं कहोगे ते अपने आप नूं धोखा दे लो। हाउ डज इट मैटर टू मी। मेरा चित नहीं करता भी मैं यार हाले ताजा ताजा मैनू ऐसे नूं टाइम दिंदे यार। ये मुंडे नूं पहला ना इहदा चा सी मुख्यमंत्री बनण दा। चलो एक बच्चे दा चा सी, उहने दूजिआं दे घर ढा के अपना सुरक्षित रखिआ राजनीतिक तौर ते। चल हुण इहदा चा पूरा हो गया सी, महां चल यार करूगा वधिआ करूगा, पर आह तां बहुत माड़ा कीता बई। राघव चड्डे कोल यार MLA हैगा, उहनूं दुबारा की लोड़ पैगी, उहनूं राज सभा भी देनी है। इक्को एक दा गिलास भरिया होया, उसे भरे हुए गिलास च होर पानी क्यों? यह दौलतां शौहरतां दे पानी क्यों? किसे गरीब दे घर च चुल्हा नहीं सी जगा सकदा भगवंत मान साहब? यार इन्हां शहीदां दी कितें शर्म कर लैंदे कि किसे गरीब कोई टैलेंटेड कोई पढ़िया लिखिया कोई PhD कोई बुलारा कोई तगड़ा बंदा जिहड़ा भगवंत मान तों भी उच्ची आवाज च ते चंगे फैक्ट्स नाल बोलदा होवे। ऐसे पांच बंदे नहीं लभे यार पंजाब दी रिप्रेजेंटेशन करन लई राज्यसभा च। कह लो होर सब नूं माड़ा, कह लो सानू मैनू माड़ा, कह लो बट डज दैट सॉल्व परपस? कि यह मुद्दे तो भटका के सानू गालां कढ के कि इन्हां दे गुनाह लुक जाणगे? हरभजन सिंह दा सिर्फ एक चेहरा दिखाया जाना। क्यों? क्योंकि गुजरात च, क्योंकि हिमाचल च, हरियाणे च, इन्होंने होर जगह ते इलैक्शन लड़निया, उत्थे हरभजन सिंह दा चेहरा दिखाउणा, क्योंकि होर सिखां नूं ओह जाणदे नहीं उधरले पासे। देखो जी हमने राज्यसभा का मैंबर बना दिया। वहां सिखों में ना हमने पूरा वो धाक जमा लिया, सिख को हमने बहुत अच्छी तरह से मूर्ख बनाया सिखों को। वहां से हमने देखो हरभजन सिंह दिए हैं, बहुत गरीब है ना ये, इन्होंने कभी बेचारों को बहुत रोटी के लाले पड़े थे, और बहुत इंकलाबी हैं हरभजन सिंह, इसलिए इनको हमने वहां पे पहुंचा दिया राज्यसभा में। तुसी इन्हां नूं इंकलाबी पार्टी कहना छड़ दो। देखो बी क्लीयर, डोंट गेट फूल्ड। तुहानूं हुण देखो कोई ना कोई 25,000 नौकरी तुहानूं आ ओ हुण तुसी देखी जाओ लपेटी जाणा तुसी हुण की आ रहा तुहाडे कोल। किन्ने क आउंदे ना पिछे चन्नी नूं कहिंदे सी ऐलान मंत्री, हुण तुहानूं पता लगूगा इत्थे भी गल्लां दा कड़ा बई जी। जिन्ना इह बणाउंदे ने उन्ना कोई नहीं बणाउंदा। परमात्मा करे कि पंजाब दा नाल कोई थोड़ा बहुता भला हो जाए। आप के नंबर दिता जी टोल फ्री नंबर किहड़ा, कहिंदे जी 23 मार्च नूं देना है। 23 मार्च नूं इहनां शहीदां दा शहीदी दिवस है, उस दिन इहनां ने करप्शन करने वाले अफसरों विरुद्ध उत्थे यार थोनू जिहड़ा करप्शन करदा वो अंदर मोबाइल लेके जान दऊगा? किदां रिकॉर्डिंग करूगा कोई गरीब बंदा? चलो फिर भी उम्मीद करनी चाहिए है भी पहला नालों फर्क पऊगा, उम्मीद कर सकते हैं। सो भुलेखे च नहीं रहना पंजाबियो। जे देखो जेड़ा गलत है गलत नूं गलत कहना शुरू कर दो, नहीं तो तुसी अपना जवाक आप बिगाड़ लैंदे हो। मावां देखियां कदी? ना ना थोड़े मुंडे ने धक्का दिता मेरे मुंडे ला ना, मेरा मुंडा तां जमा कुछ नहीं करदा ना भैन जी, सौ लगे मेरा मुंडा तां बहुत साऊ है। हालांकि मां नूं पता हुंदा मेरा बच्चा शरारती है, पर अपना बच्चा बचाउण लई अपने बच्चे नूं हर वारी गलत चीज ते वी शह दे दिंदी है ते बचा लैंदी है। उत्थे तां बचा लैंदी है, पर जदों बच्चा छोटी जी गलती तो गुनाह कर बैठदा उत्थे फिर कोई नहीं बचाउंदा, वो मां ने ही बिगाड़िया हुंदा। सो इस करके साडा तां फर्ज है, असी तां तुहानूं आगाह करना आ। अज जिहड़ी पार्टी च भी अज सैलीब्रेशनां हो रही ने इह भी साडी बदौलत ने। इस करके बी थैंकफुल सीनियर्स, बिकॉज असी इन्हां नूं अंदरों बाहर जानदे आ। इस करके अज अहीं समुंदर दा हिस्सा बने आ। थैंक्स। जब है बाण लागो तब है रोस जागो, जब तक सट नहीं वजूगी उदों तक बई जी बंदा टलदा भी नहीं। BJP जिंदाबाद।
मोदी सरकार जिंदाबाद, मोदी जी जिंदाबाद।